ਗੁਰੂ ਦੀ ਪਛਾਣ ਹੁੰਦੀ ਕਿ ਸਾਡਾ ਗੁਰੂ ਕੌਣ ਹੈ ਕਿਹੋ ਜਿਹਾ ਹੈ ਜਿਹਦੇ ਲਈ ਆਖਿਆ ਗਿਆ ਸਭ ਸਿੱਖਣ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤਾਂ ਇਹ ਗੁਨਾ ਇਹ ਅਪਰਾਧ ਨਾ ਹੁੰਦਾ ਕਿ ਗੁਰੂ ਦੇ ਬਰਾਬਰ ਕੋਈ ਭਾਵੇਂ ਸੈਂਕੜੇ ਹਜ਼ਾਰਾਂ ਘੋਆ ਦੂਰ ਗੁਰਦੁਆਰਾ ਐਕਟ ਤੋਂ ਬਾਹਰ ਰੱਖ ਕੇ ਉੱਥੇ ਪ੍ਰਕਾਸ਼ ਕੀਤਾ ਜਾਂਦਾ ਪਰ ਇੱਕ ਆਖਰ ਚੱਲਦਾ ਤੇ ਸਭ ਕੁਝ ਸਿੱਖੀ ਦੇ ਵਿਰਸੇ ਨਾਲ ਹੀ ਹੈ ਉੱਥੇ ਵੀ ਅੱਜ ਸਿੱਖ ਜਾਣਾ ਛੱਡ ਦੇਵੇ ਗੋਲਕਾਂ ਬੰਦ ਹੋ ਜਾਣ ਉਹਨੂੰ ਪਤਾ ਲੱਗ ਜਾਏ ਸਿੱਖੀ ਮਹਾਨ ਹੈ ਕਿ ਨਹੀਂ ਹੁਣ ਉਹ ਕਹਿੰਦੇ ਨੇ ਸਾਡਾ ਪੰਥ ਨਾਲ ਕੋਈ ਸੰਬੰਧ ਹੀ ਨਹੀਂ ਕਿਉਂ ਕਿਉਂਕਿ ਸਿੱਖ ਗੁਰੂ ਨੂੰ ਨਹੀਂ ਪਛਾਣ ਰਿਹਾ ਉਹਨੂੰ ਪਤਾ ਹੀ ਨਹੀਂ ਕਿ ਦੂਜਾ ਗ੍ਰੰਥ ਜਿਹੜਾ ਬਰਾਬਰ ਪ੍ਰਕਾਸ਼ ਕੀਤਾ ਜਾ ਰਿਹਾ ਉਹਦੇ ਵਿੱਚ ਕੀ ਹੈ ਨਤੀਜਾ ਹੀ ਨਿਕਲਿਆ 63 ਸਾਲ ਬਾਅਦ ਜਦੋਂ ਅੱਜ ਤੀਜੀ ਸ਼ਤਾਬਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਈ ਸਾਨੂੰ ਜਾਗਣਾ ਪਿਆ ਮਜਬੂਰੀ ਸੀ ਅਸੀਂ ਆਮ ਸਮਝਦੇ ਸਾਂ ਚਲੋ ਕੋਈ ਇਕੱਲਾ ਦੁਕੱਲਾ ਪਰਿਵਾਰ ਜਾਂਦਾ ਹੈ ਯਾਤਰੂ ਜਾਂਦੇ ਨੇ ਮੱਥਾ ਟੇਕ ਆ ਜਾਂਦੇ ਨੇ ਉੱਥੇ ਕਿਉਂਕਿ ਬਰਾਬਰ ਪ੍ਰਕਾਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਂਗੂ ਹੁਕਮਨਾਮੇ ਵੀ ਇਵੇਂ ਲੈ ਜਾਂਦੇ ਨੇ ਵਿੱਚੋਂ ਕੱਢ ਕੇ ਰੱਖੇ ਜਾਂਦੇ ਨੇ ਕਿ ਆਹ ਹੁਕਮਨਾਮਾ ਪਤਾ ਨਹੀਂ ਲੱਗਣਾ ਕਿਸੇ ਨੂੰ ਕਿਹੋ ਜਿਹਾ ਅਰਦਾਸਾਂ ਵੀ ਹੁੰਦੀਆਂ ਨੇ ਅਖੰਡ ਪਾਠ ਵੀ ਹੁੰਦੇ ਨੇ ਪਰ ਸਾਨੂੰ ਨਹੀਂ ਪਤਾ ਗੁਰੂ ਵਿੱਚ ਕੀ ਫਰਕ ਹੈ ਉਹ ਪੜਿਓ ਅੱਜ ਮੈਂ ਤੁਹਾਨੂੰ ਇੱਕ ਸੱਦਾ ਦੇਣਾ ਚਾਹੁੰਦਾ ਮੈਂ ਇਹ ਨਹੀਂ ਕਹਿੰਦਾ ਫਲਾਣਾ ਚੰਗਾ ਹੈ ਤੇ ਫਲਾਣਾ ਮਾੜਾ ਹੈ ਉਹ ਪੜਿਓ ਆਪਣੇ ਗੁਰੂ ਨੂੰ ਪਛਾਣ ਤਾਂ ਲਓ ਜੇ ਸਮਝਾਣੋਗੇ ਨਹੀਂ ਤੇ ਕਿਵੇਂ ਮੰਨੋਗੇ ਕਿਉਂਕਿ ਦ੍ਰਿੜਤਾ ਪੈਦਾ ਹੁੰਦੀ ਹੈ ਸਮਝਾਪਣ ਨਾਲ ਰਤੇ ਸਹੀ ਦੇ ਮੁੱਖ ਨਾ ਮੂਰਖ ਜਿੰਨੀ ਸਮਝਾਤਾ ਸਾਨੂੰ ਲਓ ਮੈਂ ਹੁਣ ਤੁਹਾਨੂੰ ਸਿੱਧਾ ਸੱਦਾ ਦੇਣਾ ਮੈਂ ਇਹ ਵੀ ਕਹਿੰਦਾ ਫਲਾਣਾ ਪੜੋ ਫਲਾਣਾ ਨਾ ਪੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਨੇੜਿਓ ਹੋ ਕੇ ਸਿੱਖ ਵੇਖੇ ਮੈਂ ਨਹੀਂ ਕਹਿੰਦਾ ਮੇਰੇ ਕਹਿਣ ਤੇ ਫੈਸਲਾ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਬਾਣੀ ਜੀਵਨ ਨੂੰ ਸਰਸਾਰ ਕਰ ਦੇਣ ਵਾਲੀ ਬਾਣੀ ਜੀਵਨ ਦੇਣ ਵਾਲੀ ਬਾਣੀ ਜਿਨ ਗੁਰ ਮੋਕੋ ਦੀਨਾ ਜੀਓ ਆਪਣਾ ਦਸਰਾ ਆਪੇ ਮੁੱਲ ਲਿਓ ਉਹ ਅੰਮ੍ਰਿਤ ਦੀ ਭਰਪੂਰ ਬਾਣੀ ਇੱਕ ਪਾਸੇ ਉਹ ਪੜੋ ਪੜ੍ਹ ਕੇ ਪਛਾਣੋ ਤੇ ਇੱਕ ਪਾਸੇ ਜਿਹਨੂੰ ਬਰਾਬਰ ਪ੍ਰਕਾਸ਼ ਕਰਕੇ ਗੁਰੂ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਨਹੀਂ ਕਹਿੰਦਾ ਮੇਰੇ ਆਖੇ ਤੇ ਮੰਨੋ ਤੁਸੀਂ ਇੱਕ ਵਾਰ ਉਹਨੂੰ ਵੀ ਜ਼ਰੂਰ ਪੜ੍ਹੋ ਸਮਝਾਣੋ ਤੇ ਸਹੀ ਅੱਗੇ ਮੈਂ ਨਹੀਂ ਸਕਦਾ ਪੜ੍ਹੋ ਕਿਉਂਕਿ ਮੈਨੂੰ ਮੁਸ਼ਕਲ ਨਜ਼ਰ ਆਉਂਦਾ ਸੀ ਸਿੱਖ ਦੇ ਘਰ ਵਿੱਚ ਉਹ ਚੀਜ਼ ਜਾਵੇ ਜਿਹੜੀ ਅਸੀਂ ਪੜ੍ਹ ਨਹੀਂ ਸਕਦੇ ਅਜੇ ਵੀ ਮੈਂ ਕਹਿੰਦਾ ਧੀਆਂ ਭੈਣਾਂ ਤੋਂ ਬੱਚੀਆਂ ਤੋਂ ਬਚਾ ਕੇ ਪੜ੍ਹੇ ਆਪਣੇ ਪਰਿਵਾਰ ਦੇ ਛੋਟੇ ਬੱਚਿਆਂ ਤੋਂ ਬਚਾ ਕੇ ਪੜ੍ਹਿਓ ਕਿਤੇ ਇਹਨਾਂ ਦੀ ਨਿਗਾਹ ਵਿੱਚ ਉਹ ਗੱਲ ਨਾ ਚਲੀ ਜਾਏ ਸਾਡਾ ਭਵਿੱਖ ਵਿਗੜ ਜਾਏਗਾ ਬਰਬਾਦ ਹੋ ਜਾਏਗਾ ਜਿਹੜੀਆਂ ਗੱਲਾਂ ਤੇ ਜਿਹੜੀ ਸ਼ਬਦਾਵਲੀ ਅਸੀਂ ਦੋ ਭਰਾ ਆਪਸ ਵਿੱਚ ਬੈਠ ਕੇ ਨਹੀਂ ਪੜ੍ਹ ਸਕਦੇ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਕੇ ਸਾਨੂੰ ਕੋਈ ਆਖੇ ਇਹਨੂੰ ਵੀ ਮੱਥਾ ਟੇਕੋ ਇਹ ਵੀ ਤੁਹਾਡਾ ਗੁਰੂ ਹੈ ਮੈਨੂੰ ਕੋਈ ਇਤਰਾਜ਼ ਨਹੀਂ ਜੇ ਤੁਹਾਨੂੰ ਚੰਗਾ ਲੱਗੇ ਪੜ੍ਹ ਕੇ ਚੰਗਾ ਲੱਗੇ ਮੈਂ ਵੀ ਸਿਰ ਝੁਕਾ ਦਿਆਂ ਪਰ ਪੜ੍ਹ ਲਓ ਸਿਆਣ ਲਓ ਤਾਂ ਮੈਂ ਛੋਟੀ ਜਿਹੀ ਚੀਜ਼ ਕਿਉਂ ਮਜਬੂਰ ਬਸ ਇੰਨੀ ਕੁ ਬਣਾਈ ਤਾਂ ਕਿ ਸੈਂਪਲ ਵਜੋ ਕੇਵਲ ਸੈਂਪਲ ਵਜੋ ਦੋ ਦੋ ਚਾਰ ਚਾਰ ਹਿੱਸੇ ਜਿਹੜੇ ਨੇ ਉਹ ਪੜ੍ਹ ਕੇ ਇੱਕ ਵਾਰੀ ਤੁਹਾਨੂੰ ਐਗਜ਼ਾਮਪਲ ਵਜੋਂ ਅਤੇ ਸੈਂਪਲ ਵਜੋਂ ਪਤਾ ਲੱਗ ਜਾਏ ਕਿ ਬਾਕੀ ਇਹਦੇ ਵਿੱਚ ਕੀ ਹੈ ਪਰ ਅਜੀਬ ਗੱਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ 1430 ਸਫ਼ੇ ਨੇ ਪੰਨੇ ਨੇ ਉੱਧਰ ਵੀ ਉਹਨਾਂ 1428 ਬਣਾ ਦਿੱਤੇ ਨੇ ਬਰਾਬਰ ਦੇ ਬਿਲਕੁਲ ਗ੍ਰੰਥ ਬਰਾਬਰ ਕਰ ਦਿੱਤਾ 1428 ਬਣਾ ਦਿੱਤੇ ਔਰ ਉਹਦੇ ਦੋ ਹਿੱਸੇ ਨੇ ਇੱਕ ਹਿੱਸਾ ਉਹ ਹੈ ਜਿਹਦੇ ਨਾਲ ਤੁਹਾਨੂੰ ਆਸਾਨੀ ਨਾਲ ਹਿੰਦੂ ਬਣਾਇਆ ਜਾ ਸਕਦਾ ਹੈ ਕਿਉਂਕਿ ਉਸ ਹਿੱਸੇ ਵਿੱਚ ਜਿੰਨੀ ਰਚਨਾ ਹੈ ਉਹ ਸਾਰੀ ਰਚਨਾ ਦੇਵੀ ਦੇਵਤਿਆਂ ਦੀ ਉਪਾਸ਼ਨਾ ਇਹ ਦਿਖਾਈ ਗਈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕਿਸ ਤਰ੍ਹਾਂ ਨੈਣਾ ਦੇਵੀ ਦੀ ਉਪਾਸ਼ਨਾ ਕਰ ਰਹੇ ਨੇ ਕਿਸ ਤਰ੍ਹਾਂ ਦੁਰਗਾ ਦੇਵੀ ਦੀ ਉਪਾਸ਼ਨਾ ਕਰ ਰਹੇ ਨੇ ਕਿਸ ਤਰ੍ਹਾਂ ਕਾਲਕਾ ਦੇਵੀ ਦੀ ਉਪਾਸ਼ਨਾ ਕਰ ਰਹੇ ਨੇ ਅਤੇ ਆਖਦੇ ਨੇ ਮੇਰਾ ਰੱਬ ਵੀ ਤੂੰ ਹੈ ਮੇਰਾ ਸਭ ਕੁਝ ਤੂੰ ਹੈ ਤੇਰੇ ਬਿਨਾਂ ਮੈਂ ਦੋ ਅੱਖਰ ਨਹੀਂ ਲਿਖ ਸਕਦਾ
24 ਅਵਤਾਰਾਂ ਦੀ ਕਥਾ ਜਿਹੜੀ ਸਾਡਾ ਇਤਿਹਾਸ ਨੇ ਸਾਡਾ ਇਤਿਹਾਸ ਹੈ ਅੱਧਾ ਹਿੱਸਾ ਉਹ ਹੈ ਅੱਧੇ ਨਾਲੋਂ ਜ਼ਿਆਦਾ ਹਿੱਸਾ ਤੇ ਅੱਧਾ ਹਿੱਸਾ ਉਹ ਹੈ ਜਿਹੜਾ ਪੜ੍ਹਿਆ ਨਹੀਂ ਜਾਂਦਾ ਅੱਧਾ ਹਿੱਸਾ ਸਾਨੂੰ ਹਿੰਦੂ ਬਣਾਉਣ ਲਈ ਕਾਫੀ ਹੈ ਬਸ ਉਹ ਨਹੀਂ ਇਹ ਐਗਜ਼ਾਮਪਲ ਸਾਡੇ ਬੱਚਿਆਂ ਕੋਲ ਆ ਜਾਏ ਨਾ ਵੀ ਜੇ ਗੁਰੂ ਸਾਡਾ ਆ ਕੁਝ ਕਰਦਾ ਰਿਹਾ ਤੇ ਅਸੀਂ ਵੱਖਰੇ ਅੱਜ ਤੋਂ ਕੁਝ ਵਰੇ ਪਹਿਲਾਂ ਜੇ ਗਿਆਨੀ ਪੂਰਨ ਸਿੰਘਾਂ ਨੇ ਇੰਨੀ ਗੱਲ ਕਹੀ ਸੀ ਤੇ ਲੋਕ ਬੜੇ ਪਰੇਸ਼ਾਨ ਹੋਏ ਸਾਨੂੰ ਆ ਕੇ ਅਸੀਂ ਸਿੱਖ ਕੋਈ ਅਸਮਾਨ ਨੂੰ ਥੋੜ੍ਹਾ ਡਿੱਗੇ ਨੇ ਅਸੀਂ ਵੀ ਲਵ ਕੁਛ ਦੀ ਸੰਤਾਨ ਆ ਤੇ ਕਿੰਨਾ ਪਰੇਸ਼ਾਨ ਹੋਏ ਸੀ ਤੇ ਉਹਨਾਂ ਕੋਲ ਬਾਹਰੋਂ ਥੋੜ੍ਹਾ ਆਖਿਆ ਸੀ ਇਸੇ ਗ੍ਰੰਥ ਵਿੱਚੋਂ ਆਖਿਆ ਸੀ ਅੱਧਾ ਹਿੱਸਾ ਉਹ ਹੈਰਾਨ ਕਿਸ ਤਰ੍ਹਾਂ ਅਸੀਂ ਮੰਨ ਰਹੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੇ ਉਹ ਮੰਨ ਲਈਏ ਕਿ ਸਾਰਾ ਜਿਵੇਂ ਉਹ ਕਹਿੰਦੇ ਨੇ ਸਾਰਾ ਗ੍ਰੰਥ ਗੁਰੂ ਦਸਮ ਪਾਤਸ਼ਾਹੀ ਦੀ ਕਿਰਤ ਹੈ ਜੇ ਮੰਨ ਲਈਏ ਸਾਰਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਤ ਹੈ ਕਿ 1428 ਪੰਨਾ ਲਿਖਦਿਆਂ ਲਿਖਦਿਆਂ ਗੁਰੂ ਆਪਣੇ ਜੀਵਨ ਦਾ ਸਭ ਤੋਂ ਵੱਡ ਮੁੱਲਾ ਕੰਮ ਭੁੱਲ ਗਿਆ 1428 ਪੰਨਾ ਲਿਖ ਦਿੱਤਾ ਦੇਵੀ ਦੇਵਤਿਆਂ ਦੇ ਇਤਿਹਾਸ ਲਿਖ ਦਿੱਤੇ 24 ਅਵਤਾਰਾਂ ਦੀਆਂ ਕਹਾਣੀਆਂ ਲਿਖ ਦਿੱਤੀਆਂ ਤ੍ਰਿਆ ਚਰਿੱਤਰ ਲਿਖ ਦਿੱਤੇ ਤੇ 1428 ਪੰਨੇ ਵਿੱਚ ਕਿਸੇ ਥਾਂ ਤੇ ਉਹਨਾਂ ਨੂੰ ਇਹ ਗੱਲ ਚੇਤਾ ਨਾ ਆਈ ਕਿ ਮੈਂ ਅੰਮ੍ਰਿਤ ਸੰਚਾਰ ਕੀਤਾ ਸਿੱਖੀ ਸਾਜੀ ਹੈ ਅੰਮ੍ਰਿਤ ਕਿਤੇ ਜ਼ਿਕਰ ਵੀ ਨਹੀਂ ਸਾਰੇ ਵਿੱਚ ਕਿਤੇ ਜ਼ਿਕਰ ਨਹੀਂ ਕੱਢ ਵਿਖਾ ਦੇ ਹੈ ਵੱਡਾ ਕੰਮ ਗੁਰੂ ਭੁੱਲ ਗਿਆ ਕਿੱਡੀ ਅਜੀਬ ਗੱਲ ਹੈ ਪਗਾਣੀ ਦਾ ਯੁੱਧ ਲਿਖਣ ਵਾਲਾ ਤੇ ਦੇਵੀ ਦੇਵਤਿਆਂ ਦੇ ਯੁੱਧ ਲਿਖਣ ਵਾਲਾ ਇੰਨਾ ਸਭ ਕੁਝ ਲਿਖ ਕੇ ਪੀਰ ਬੁੱਧੂ ਸ਼ਾਹ ਦੀ ਇੰਨੀ ਵੱਡੀ ਕੁਰਬਾਨੀ ਕਿ 750 ਸਿੱਖ ਉਹਦਾ ਮਰੀਦ ਸ਼ਹੀਦ ਹੋਇਆ ਹੋਵੇ ਦੋ ਉਹਦੇ ਪੁੱਤਰ ਸ਼ਹੀਦ ਹੋਏ ਹੋਣ ਗੁਰੂ ਚਰਨਾਂ ਤੋਂ ਵਾਰੇ ਹੋ ਗਏ ਹੋਣ ਤੇ ਉਹਨਾਂ ਦਾ ਜ਼ਿਕਰ ਹੀ ਨਾ ਹੋਵੇ ਇੱਕ ਸਾਜਿਸ਼ ਕਿ ਮੁਸਲਮਾਨ ਦੀ ਇਸਲਾਮ ਦੀ ਕੁਰਬਾਨੀ ਜਿਹੜੀ ਉਹਦਾ ਜ਼ਿਕਰ ਨਹੀਂ ਕਰਨਾ ਅੰਮ੍ਰਿਤ ਦਾ ਜ਼ਿਕਰ ਨਹੀਂ ਕਰਨਾ ਮਾਤੇ ਦੇ ਸਿੱਖੀ ਦ੍ਰਿੜਤਾ ਆ ਜਾਏ।